ਹਾਂ ਵੈਲਕਮ ਹੋਰ ਵੈਲਕਮ ਬੈਕ ਟੂ ਮਾਈ ਚੈਨਲ ਸੋ ਅੱਜ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਏ ਸੈਮੈਸਟਰ 5 ਦਾ ਇਨਗਲਿਸ਼ ਸਲੈਕਟਿਵ ਦੇ ਇੰਪੋਰਟੈਂਟ ਕੁਸ਼ਨ ਡਿਸਕਸ ਕਰਾਂਗੇ ਕਿਹੜੇ ਕਿਹੜੇ ਕਨਸੈਪਟਸ ਐਂਡ ਟਰਮਸ ਪੇਪਰ ਚ ਆ ਸਕਦੇ ਨੇ ਕਿਹੜੇ ਕਿਹੜੇ ਟੈਕਸਟ ਪੇਪਰ ਚ ਆ ਸਕਦੇ ਨੇ ਸੋ 1 ਬਾਈ 1 ਆਪਾਂ ਟਾਪਿਕਸ ਨੂੰ ਡਿਸਕਸ ਕਰਾਂਗੇ ਕਿ ਕਿਹੜੀ ਚੀਜ਼ ਆਪਾਂ ਸਕਿਪ ਕਰੀਏ ਤੇ ਕਿਹੜੀ ਚੀਜ਼ ਆਪਾਂ ਪੇਪਰ ਦੇ ਵਿੱਚ ਪੜ੍ਹ ਕੇ ਹੀ ਪੜ੍ਹ ਕੇ ਜਾਣੀ ਹੈ ਸੋ ਫਸਟ ਆਫ ਆਲ ਤਾਂ ਟੀਚਿੰਗ ਵੀਡੀਓਜ਼ ਅਵੇਲੇਬਲ ਨੇ ਚੈਨਲ ਦੇ ਉੱਤੇ ਤੁਸੀਂ ਪਲੇਲਿਸਟ ਵਿੱਚੋਂ ਵੇਖ ਸਕਦੇ ਹੋ ਬਾਕੀ ਸਾਰੇ ਸਬਜੈਕਟਸ ਦੀ ਵੀਡੀਓ ਸੀਰੀਜ਼ ਵੀ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਹੈ ਇੰਪੋਰਟੈਂਟ ਕੁਐਸਚਨ ਵਨ ਬਾਈ ਵਨ ਸਬਜੈਕਟ ਸੀ ਮੈਂ ਪੋਸਟ ਕਰ ਰਹੀ ਹਾਂ ਪ੍ਰੀਵੀਅਸ ইয়ার ਦੇ ਕੁਐਸਚਨ ਪੇਪਰ ਵੀ ਤੁਹਾਨੂੰ ਚੈਨਲ ਦੇ ਉੱਤੇ ਮਿਲ ਜਾਣਗੇ ਤੋਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਿਕਾਜ਼ ਆਪਣੀ ਜਿਹੜੀ ਚੈਨਲ ਗਰੋਥ ਹੈ ਉਹ ਕਾਫੀ ਇਸ ਟਾਈਮ ਵੀ ਜਿਹੜੀ ਹੈ ਕਾਫੀ ਘੱਟ ਹੈ ਸੋ ਜਿੰਨਾ ਤੁਸੀਂ ਸਪੋਰਟ ਕਰੋਗੇ ਓਨੀ ਹੀ ਮੈਨੂੰ ਮੋਟੀਵੇਸ਼ਨ ਮਿਲੇਗੀ ਤੇ ਮੈਂ ਜਲਦੀ ਜਲਦੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਂਦੀ ਰਾਵਾਂਗੀ ਕੋਸ਼ਿਸ਼ ਕਰਾਂਗੇ ਕਿ 6th semesters ਦੇ ਵਿੱਚ ਸਾਰੇ ਹੀ ਮੈਂ ਤੁਹਾਨੂੰ ਟਾਈਪਡ ਫਾਰਮ ਦੇ ਵਿੱਚ ਹੀ ਜਿਹੜਾ ਹੈ ਪੜਾਵਾਂ ਹੈਂਡ ਰਾਈਟਨ ਦੀ ਜਗ੍ਹਾ ਤੇ ਤਾਂ ਕਿ ਕਈ ਵਾਰ ਹੈਂਡ ਰਾਈਟਿੰਗ ਸੰਭਵ ਨਹੀਂ ਆਉਂਦੀ ਠੀਕ ਹੈ ਸੋ ਜਿੰਨਾ ਵੱਧ ਤੋਂ ਵੱਧ ਸਪੋਰਟ ਕਰੋਗੇ ਫਿਰ ਆਪਾਂ ਜਿਹੜਾ ਹੈ ਆਪਣੀ ਇੱਕ ਟੀਮ ਵੀ ਬਿਲਡ ਅਪ ਕਰ ਲਾਂਗੇ ਸੋ ਸਟਾਰਟ ਕਰਦੇ ਹਾਂ ਕਨਸੈਪਟਸ ਐਂਡ ਟਰਮਸ ਇਮੇਜਰੀ ਜਿਹੜੀ ਹੈ ਟਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ बार-बार ਪੇਪਰ ਦੇ ਵਿੱਚ ਆਉਂਦੀ ਹੈ ਤੇ ਐਲੂਜ਼ਨ ਬੈਲਡ ਬਲੈਂਕ ਐਂਡ ਫਰੀ ਵਰਸ ਕਨਸੀਟ ਕਨਫੈਸ਼ਨਲ ਕਨਫੈਸ਼ਨਲ ਪੋਇਟਰੀ ਡਰਾਮੈਟਿਕ ਮੋਨੋਲੋਗ ਐਲਜੀ ਹਾਈਕੂ ਹੀਰੋਇਕ ਕਪਲੇਟ ਹਾਈਮ ਹਾਈਪਰਬੋਲੇ ਅੰਡਰਸਟੇਟਮੈਂਟ ਵੀ ਦੇ ਨਾਲ ਹੀ ਆ ਜਾਂਦਾ ਹੈ ਕਈ ਵਾਰ ਇਹ ਇਕੱਲਾ ਆ ਜਾਂਦਾ ਹੈ ਲੇਕਿਨ ਸ਼ਾਰਟਸ ਆ ਜਾਂਦਾ ਠੀਕ ਹੈ ਰਾਈਮ ਸੋਨੇਟ ਲਾਈਟ ਵਰਸ ਹੁਣ ਦੇਖੋ ਡੋਗਰਲ ਤੇ ਕੰਕਰੀਟ ਪੋਇਟਰੀ ਜਿਹੜੀ ਹੈ ਉਹ ਤੁਸੀਂ ਸ਼ਾਰਟ ਦੇ ਵਿੱਚ ਵੀ ਕਰ ਸਕਦੇ ਕਿਉਂਕਿ ਇਹ ਜਿਹੜੀਆਂ ਜਿੰਨੀਆਂ ਵੀ ਆਪਣੇ ਤੁਸੀਂ ਗਾਈਡ ਵੀ ਹੈ ਸਭ ਦੇ ਕੋਲੇ ਹੈ ਗਾਈਡ ਜਾਂ ਫਿਰ ਬੁੱਕ ਜਾਂ ਫਿਰ ਜਿਹੜੀਆਂ ਮੈਕ ਕਰਵਾਈਆਂ ਨੇ ਹੈਨਾ ਜਿਹੜੀਆਂ ਲੌਂਗ ਵਾਲੀਆਂ ਨੇ ਉਹ ਤਾਂ ਆਬਵੀਅਸ ਲੌਂਗ ਦੇ ਵਿੱਚ ਆਣੀਆਂ ਜਿਹੜੀਆਂ ਸ਼ਾਰਟ ਵਾਲੀਆਂ ਨੇ ਆਬਵੀਅਸ ਸ਼ਾਰਟ ਚ ਆਣੀਆਂ ਠੀਕ ਹੈ ਜਿਹੜੀਆਂ 7-8 ਲਾਈਨਾਂ ਵਾਲੀਆਂ ਆਬਵੀਅਸਲੀ ਉਹ ਸ਼ਾਰਟ ਚ ਹੀ ਪੁੱਛਿਆ ਜਾਣੀਆਂ ਸੋ ਇਸ ਕਰਕੇ ਉਹਨਾਂ ਨੂੰ ਸ਼ਾਰਟਲੀ ਤਿਆਰ ਕਰਿਓ ਜਿਹੜੀਆਂ 2-2 ਪੇਜ ਡੇਡ ਡੇਡ ਪੇਜ ਜਾਂ ਫਿਰ ਇੱਕ ਪੇਜ ਦੀਆਂ ਉਹਨੂੰ ਤੁਸੀਂ ਲੌਂਗ ਲਈ ਜਿਹੜਾ ਹੈ ਤਿਆਰ ਕਰ ਲਿਓ ਸੋ ਆਪਣੇ ਜਿਹੜੇ ਨੇ 에ਰਾ ਜਿਹੜੇ ਐ ਏਜ ਜਿਹੜੀ ਹੈਗੀ ਆਪਣੇ 3 ਨੇ ਠੀਕ ਹੈ ਰੋਮਾਂਟਿਕ ਪੀਰੀਅਡ ਵਿਕਟੋਰੀਅਨ ਪੀਰੀਅਡ ਤੇ ਮਾਡਰਨ ਪੀਰੀਅਡ ਹੁਣ ਦੇਖੋ ਤਿੰਨ ਦੇ ਵਿੱਚੋਂ ਆਪਾਂ ਕੋਈ ਵੀ ਇੱਕ ਸਕਿਪ ਕਰ ਸਕਦੇ ਸੀ ਤਾਂ ਆਪਾਂ ਜਿਹੜਾ ਕਿਉਂਕਿ ਈਜ਼ੀ ਵਾਲੇ ਕਨਸੈਪਟ ਆਪਾਂ ਕਰ ਰਹੇ ਹਾਂ ਤਾਂ ਰੋਮਾਂਟਿਕ ਪੀਰੀਅਡ ਜਿਹੜਾ ਹੈ ਅਗਰ ਤੁਸੀਂ ਕਰ ਰਹੇ ਹੋ ਤਾਂ ਕੈਰੇਕਟੈਰਿਸਟਿਕਸ ਇਹਦੀਆਂ ਜ਼ਰੂਰ ਕਰੋਗੇ characteristics پڑھਨ ਤੋਂ ਬਾਅਦ ਪੋਏਟਸ ਦੇ ਨੇ ਤੇ ਨੋਬਲਿਸ ਚਾਰ-ਚਾਰ ਤੁਸੀਂ ਕਰ ਸਕਦੇ ਹੋ ਠੀਕ ਹੈ ਅਗਰ ਤੁਹਾਨੂੰ ਜ਼ਿਆਦਾ ਨਹੀਂ ਯਾਦ ਹੁੰਦਾ ਤਾਂ ਚਾਰ-ਚਾਰ ਕਰ ਲਓ ਅਗਰ ਲੈਟਸ ਸੇ ਤੁਹਾਨੂੰ ਕੁਐਸਚਨ ਆਂਦਾ ਹੈ ਰੋਮਾਂਟਿਕ ਪੀਰੀਅਡ ਦੇ ਬਾਰੇ ਉਹਦੇ ਕੱਲੇ ਪੋਅਟਸ ਪੁੱਛ ਰਹੇ ਨੇ ਤਾਂ ਆਪਾਂ ਨੇ ਰੋਮਾਂਟਿਕ ਪੀਰੀਅਡ ਦਾ ਜਿਹੜਾ origion development ਵਾਲਾ ਥੋੜਾ ਜਿਹਾ concept ਕਰਾਇਆ ਨਾ ਤੁਹਾਨੂੰ ਤੇ ਉਸ ਤੋਂ ਬਾਅਦ ਚ characteristics ਜਿਹੜੀਆਂ ਨੇ ਸਾਰੀਆਂ ਨਾ ਲਿਖੋ ਥੋੜੀਆਂ ਜੀਆਂ ਤਾਂ ਤੁਹਾਨੂੰ ਲਿਖਣੀਆਂ ਪੈਣਗੀਆਂ ਫੇਰ ਚਾਰੋਂ ਦੇ ਚਾਰੋਂ ਪੁਆਇੰਟ ਲਿਖਿਆਓ ਇਦਾਂ ਹੀ ਅਗਰ ਕੱਲੇ ਨੋਵਲਿਸਟ ਪੁੱਛਣੇ ਨੇ ਕਿ ਐਕਸਪਲੇਨ ਨੋਵਲਿਸਟ ਔਫ ਰੋਮਾਂਟਿਕ ਪੀਰੀਅਡ ਤਾਂ ਕੱਲੇ ਚਾਰ ਤੁਸੀਂ ਯਾਦ ਕੀਤੇ ਹੋਏ ਨੇ ਹਨਾ ਤੇ ਹੁਣ ਜਿਹੜਾ ਹੈ ਆਪਾਂ ਨੇ ਇਦਾਂ ਹੀ ਕੁਛ ਨੇ ਅਟੈਂਪਟ ਕਰਨਾ ਹੈ ਕਿ ਥੋੜੇ ਜਿਹੇ characteristics ਲਿਖ ਕੇ ਨੋਵਲਿਸਟ ਲਿਖਤੇ ਲੈਟ ਅਸ ਸੇ ਤੁਹਾਨੂੰ ਸਿਰਫ ਔਰ ਸਿਰਫ ਰੋਮਾਂਟਿਕ ਪੀਰੀਅਡ ਤੇ ਪੋਇਟ ਤੇ ਨੋਵਲਿਸਟ ਪੁੱਛੇ ਗ ਉਦੇ ਵਿੱਚ ਵੀ ਥੋੜਾ ਜਿਹਾ ਆਪਾਂ ਨੇ ਕੈਰੈਕਟਿਸਟਿਕਸ 10 ਕ ਲਾਈਨਾਂ ਜ਼ਰੂਰ ਹੀ ਲਿਖਣੀਆਂ ਨੇ ਚਾਹੇ ਲਾਈਨਾਂ ਬਣਾ ਕੇ ਲਿਖ ਦਿਓ ਚਾਹੇ ਪੁਆਇੰਟਸ ਦੇ ਵਿੱਚ ਲਿਖ ਦਿਓ 3-4 ਪੁਆਇੰਟ ਠੀਕ ਹੈ ਤਾਂ ਐਦਾਂ ਪ੍ਰੈਜ਼ੈਂਟੇਬਲ ਲੱਗਦਾ ਹੈ ਤੇ ਇੱਕ ਹੋਰ ਚੀਜ਼ ਤੁਸੀਂ ਕਰਨੀ ਹੈਗੀ ਹੈ ਕਿ ਅਗਰ ਤੁਹਾਨੂੰ ਲੈਟਰਸ 'ਏ' ਉਹ ਕੱਲੇ ਪੁਆਇਟ ਪੁੱਛ ਰਿਣੀ ਹੈ ਨਾ ਇੱਕ ਕੁਐਸਚਨ ਆਇਆ ਹੈ ਕਿ ਐਕਸਪਲੇਨ ਰੋਮਾਂਟਿਕ ਪੀਰੀਅਡ ਐਂਡ ਇਟਸ ਮੇਜਰ ਪੋਰਟਸ ਤਾਂ ਆਪਾਂ ਨੇ ਸਭ ਤੋਂ ਪਹਿਲਾਂ ਤੋਂ ਤੁਸੀਂ ਪੋਰਟਸ ਲਿਖਿਓ ਐਦਾਂ ਠੀਕ ਹੈ ਇਲਾਬੋਰੇਟ ਕਰਕੇ ਉਸ ਤੋਂ ਬਾਅਦ ਜਿੰਨੇ ਇਸ ਦੇ ਪੁਆਇਟ ਨੇ ਠੀਕ ਹੈ ਇਦਾਂ ਜਿਹੜੇ ਹੈਗੇ ਆਪਾਂ ਨੇ ਫਲੋ ਚਾਰਟ ਦੇ ਥਰੂ ਜਿਹੜਾ ਹੈ ਦਿਖਾ ਦੇਣਾ ਠੀਕ ਹੈ ਕੋਈ ਵੀ ਤੁਹਾਨੂੰ ਸਟਰਕਚਰ ਵਧੀਆ ਲੱਗਦਾ ਹੈ ਇਹਦਾ ਉਦਾਂ ਲਿਖਣਾ ਹੈ ਲੇਕਿਨ ਇਦਾਂ ਲਿਖੋਗੇ ਤਾਂ ਇੱਕ ਤਾਂ ਤੁਹਾਡੇ ਪੇजेस ਵੱਧ ਜਾਣਗੇ ਫਾਈਨ ਜਿਨ੍ਹਾਂ ਦੀ ਹੈਂਡਰਾਈਟਿੰਗ ਛੋਟੀ ਹੈ ਤੇ ਨਾਲ ਹੀ ਪ੍ਰੈਜ਼ੈਂਟੇਬਲ ਲੱਗਦਾ ਹੈ ਉਸ ਤੋਂ ਬਾਅਦ ਏਦਾਂ ਹੀ ਵਿਕਟੋਰੀਅਨ ਪੀਰੀਅਡ ਦਾ ਲੈਟਰ ਸੇ ਕਿ ਤੁਹਾਨੂੰ ਸਿਰਫ ਔਰ ਸਿਰਫ ਚਾਰ ਪੁਆਇੰਟ ਇਹਦੇ ਆਉਂਦੇ ਨੇ ਤੇ ਚਾਰ ਨੋਵਲਿਸਟ ਇਹਦੇ ਆਉਂਦੇ ਨੇ ਤੇ ਥੋੜੀਆਂ ਜਿਹੀਆਂ ਕੈਰੈਕਟਿਸਟਿਕਸ ਆਉਂਦੀਆਂ ਤਾਂ ਤੁਸੀਂ ਏਦਾਂ ਹੀ ਕੁਐਸਚਨ ਲੈਟ ਅਸ ਸੇ ਤੁਹਾਨੂੰ ਵਿਕਟੋਰੀਅਨ ਪੀਰੀਅਡ ਦੇ ਕੱਲੇ ਪੁਆਇੰਟ ਪੁੱਛਲੇ ਤਾਂ ਤੁਸੀਂ ਉਹਦੇ ਵਿੱਚ ਕੈਰੈਕਟਿਸਟਿਕਸ ਵੀ ਜਿਹੜੇ ਨੇ ਪਹਿਲਾਂ ਲਿਖਣਾ ਹੈ ਪੂਰਾ ਡਿਫਾਈਨ ਕਰਕੇ ਉਸ ਤੋਂ ਬਾਅਦ ਤੁਸੀਂ ਪੁਆਇੰਟਸ ਤੇ ਉੱਤੇ ਜਾਣਾ ਹੈ ਨਾ ਕਿ ਪਹਿਲਾਂ ਹੀ ਕੱਲੇ ਚਾਰ ਪੁਆਇੰਟ ਲਿਖ ਕੇ ਕਾਫੀ سارے ਬੱਚੇ ਇਹੀ ਗਲਤੀ ਕਰਦੇ ਨੇ ਸੋ ਇਸ ਕਰਕੇ ਜਿਹੜਾ ਕਈ ਵਾਰ ਮੈਂ ਵਿਕਟੋਰੀਅਨ ਪੀਰੀਅਡ ਹੈਕ ਕੀ ਸੀ ਇਹਦੀਆਂ ਥੋੜੀਆਂ ਜਿਹਾ ਕੈਰੈਕਟਿਸਟਿਕਸ ਫੇਰੇ ਦੇ ਪੋਇਟਸ ਫੇਰੇ ਦੇ ਨੋਵਲਿਸਟ ਜੋ ਜੋ ਪੁੱਛਿਆ ਗਿਆ ਠੀਕ ਹੈ ਇਕੱਲੇ ਨੋਵਲਿਸਟ ਪੁੱਛੇ ਗਏ ਨੇ ਤਾਂ ਥੋੜੀਆਂ ਜਿਹਾ ਕੈਰੈਕਟਿਸਟਿਕਸ ਡਿਫਾਈਨ ਕਰਕੇ ਵਿਕਟੋਰੀਅਨ ਪੀਰੀਅਡ ਦੀਆ ਦੈਨ ਨੋਵਲਿਸਟ ਲਿਖ ਦੋਗੇ ਫਾਈਨ ਤਾਂ ਐਦਾਂ ਲਿਖਣਾ ਹੈਗਾ ਕੋਈ ਕਾਲੀ ਨਹੀਂ ਹੈਗੀ ਪੇਪਰ ਦੇ ਵਿੱਚ ਇਹ ਤੁਸੀਂ ਹੀ ਕਰ ਸਕਦੇ ਹੋ ਕਿ ਕਿੱਦਾਂ ਤੁਸੀਂ ਆਪਣੀ ਕ੍ਰੀਏਟੀਵਿਟੀ ਨਾਲ ਮਾਰਕਸ ਜ਼ਿਆਦਾ ਗੇਨ ਕਰਨੇ ਫੇਰ ਆਪਣੇ ਇੰਪੋਰਟੈਂਟ ਟੈਕਸਟ ਨੇ ਡੇਵਿਡ ਕੋਪਰਫੀਲਡ ਪ੍ਰੀਫੇਸ ਟੂ ਦਾ ਲਾਇਰਿਕਲ ਬੈਲੈਟਸ The Rhyme of the Ancient Mariner Ulysses by Tennyson Largim. ਇਹ ਇੰਪੋਰਟੈਂਟ ਟੈਕਸਟ ਵੈਸ ਤਾਂ ਮੈਂ ਕਰਵਾਏ ਹੋਏ ਨੇ ਦੇਖੋ ਲੌਂਗ ਦੇ ਵਿੱਚ ਕਰਵਾਏ ਹੋਏ ਨੇ ਮੈਂ ਜ਼ਿਆਦਾ ਸ਼ਾਰਟ ਚ ਨਹੀਂ ਕਰਵਾਏ ਹੋ ਸੋ ਇਸ ਕਰਕੇ ਜਿਹੜਾ ਹੈ ਕਿਉਂਕਿ ਇਹ ਸ਼ਾਰਟ ਦੇ ਵਿੱਚ ਬੱਚੇ ਕਹਿੰਦੇ ਕਿ ਪੁੱਛੇ ਨੇ ਲਿਖੋ ਮੈਂ ਤੁਹਾਨੂੰ ਸਾਰਾ ਹੀ ਕਰਵਾਉਣਾ ਹੈ ਚਾਹੇ ਤੁਸੀਂ ਲੌਂਗ ਚ ਕਰੋ ਚਾਹੇ ਤੁਸੀਂ ਸ਼ਾਰਟ ਚ ਕਰੋ ਇਹ ਤੁਹਾਡੀ ਕ੍ਰੀਏਟੀਵਿਟੀ ਹੈ ਕਿ ਉਹਦੇ ਚੋਂ ਤੁਸੀਂ ਕੀ ਕੀ ਜਿਹੜਾ ਹੈ ਡਿਲੀਟ ਕਰਕੇ ਕਿਹੜਾ ਕਿਹੜਾ ਤੁਸੀਂ ਜਿਹੜਾ ਹੈ ਆਪਣਾ ਪੇਪਰ ਦੇ ਵਿੱਚ ਲਿਖ ਕੇ ਆਉਣਾ ਠੀਕ ਹੈ ਸੋ ਕਿਉਂਕਿ ਬਹੁਤ ਸਾਰੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਨੇ ਹੋਰ ਯੂਨੀਵਰਸਿਟੀਆਂ ਦੇ ਉਹ ਵੀ ਵਾਚ ਕਰਦੇ ਨੇ ਚੈਨਲ ਨੂੰ ਤਾਂ ਇਸ ਕਰਕੇ ਮੈਨੂੰ ਪ ਲਿਖਣਾ ਹੈ ਮੈਨੂੰ ਥਿੰਗ ਆਫ ਬਿਊਟੀ ਸਿਲੈਕਸ਼ਨ ਆਫ ਇੰਗਲਿਸ਼ ਪੋਇਟਰੀ ਸੋ ਇਹਦੇ ਵਿੱਚ ਕਿਹੜੀ ਕਿਹੜੀ ਆ ਪੋਮਸ ਆਪਾਂ ਕਰਨੀਆਂ ਨੇ ਅ ਥਿੰਗ ਆਫ ਬਿਊਟੀ ਮੋਸਟ ਇੰਪੋਰਟੈਂਟ ਹੈ ਮਾਈ ਥਿੰਗ ਮਾਈ ਮਾਈਂਡ ਟੂ ਮੀ ਅ ਕਿੰਗਡਮ ਇਜ਼ ਬਹੁਤ ਇੰਪੋਰਟੈਂਟ ਪੋਮ ਹੈ ਵੀ ਫਰੋਮ ਹੈਨਰੀਏਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਦ ਵਿਲੇਜ ਪ੍ਰੀਚਰ ਰਿੰਗ ਆਊਟ ਵਾਈਲ ਬੈਲਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਇਹ ਬਹੁਤ ਹੀ ਜ਼ਿਆਦਾ ਜਿਹੜੀਆਂ ਨੇ ਇੰਪੋਰਟੈਂਟ ਹੈ ਸੋ ਦ ਮੈਨ ਹੀ ਕਿਲਡ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕੋਜ਼ ਇਹ ਵੀ ਬਹੁਤ ਵਾਰ ਆਈ ਹੈ ਆ ਬਲ ਅ ਬਲਾਈਂਡ ਚਾਈਲਡ ਹੂਜ਼ ਹੂ ਬਹੁਤ ਇੰਪੋਰਟੈਂਟ ਹੈ ਵੀ ਸ਼ੇਪਰ ਸ਼ੇਪਡ ਵੀ ਕਾਫੀ ਵਾਰ ਆਈ ਹੈ ਦਾ ਫਲਿਕਸ਼ਨ ਆਫ ਮਾਰਗਰੇਟ ਦਾ ਬਰਡ ਸੈਂਚਰੀ ਇਸ ਦੇ ਵਿੱਚ ਸੈਂਟਰਲ ਆਈਡੀਆ ਕਰ ਲੋ ਚਾਹੇ ਸਾਰਿਆਂ ਦੇ ਚਾਹੇ ਤੁਸੀਂ ਸਮਰੀ ਕਰ ਲੋ ਠੀਕ ਹੈ ਸੋ ਜੋ ਵੀ ਤੁਹਾਨੂੰ ਲੱਗਦਾ ਹੈਗਾ ਕੁਐਸਚਨ ਉਹਦੇ ਅਕੋਰਡਿੰਗ ਆਪਾਂ ਅਗਰ ਸਾਰੀਆਂ ਪੋਇਮਸ ਦੇ ਤੁਸੀਂ ਸਮਰੀ ਕਰ ਰਹੇ ਹੋ ਤਾਂ ਸਭ ਨੂੰ ਹੀ ਕਰਿਓ ਵੈਸੇ ਤਾਂ ਮੈਂ ਸਮਰੀ ਤੇ ਮੇਨ ਆਈਡੀਆ ਦਾ ਇੱਕੋ ਹੀ ਕੁਐਸਚਨ ਬਣਾਇਆ ਤੁਸੀਂ ਉਹ ਵੀ ਜਿਹੜਾ ਸੋ ਡੋਨਟ ਹਿਅਨ ਦੇ ਵਿੱਚੋਂ ਦੀ ਸਮਰੀ ਥੀਮ ਟਾਈਟਲ ਕੋਈ ਵੀ ਇੱਕ ਕੁਐਸਚਨ ਆ ਸਕਦਾ ਹੈ ਤਾਂ ਦੇਖੋ ਸਮਰੀ ਮੈਂ ਕਰਵਾਈ ਹੋਈ ਹੈ ਥੀਮ ਵੀ ਤੁਸੀਂ ਉਦਾਂ ਹੀ ਲਿਖ ਕੇ ਆ ਸਕਦੇ ਹੋ ਟਾਈਟਲ ਦੇ ਵਿੱਚ ਆਪਾਂ نیچے ਦੋ ਤਿੰਨ ਲਾਈਨਾਂ ਜਿਹੜੀਆਂ ਨੇ ਕੁਐਸਚਨ ਦੇ ਵਿੱਚ ਐਡ ਕਰ ਦੇਣੀ ਹੈ ਦਾ ਟਾਈਟਲ ਇਜ਼ ਸੂਟੇਬਲ ਐਂਡ ਐਪਰੋਪਰੀਏਟ ਬਿਕਾਜ਼ ਦਾ ਹੋਲ ਸਟੋਰੀ ਰਿਵੋਲਵਸ ਅਰਾਊਂਡ ਅਰਾਊਂਡ ਡੋਨ ਯੂਨ बिकॉज ਡੋਨ ਯੂਨ ਦੀ ਆਲਗ ਵਾਲੀ ਸਾਰੀ ਸਟੋਰੀ ਘੁੰਮਦੀ ਉਹਦੇ ਜਿਹੜੇ ਹੈ ਮਤਲਬ ਉਹਦੀਆਂ ਜਿਹੜੀਆਂ ਐਕਟੀਵਿਟੀਜ਼ ਹੈ ਜੋ ਜੋ ਕਰਦਾ ਜਿੱਥੇ ਜਿੱਥੇ ਉਹ ਜਾਂਦਾ ਸਾਰੀ ਸਟੋਰੀ ਇਹਦੇ ਇਰਤ ਗਿਰਤ ਘੁੰਮਦੀ ਐਸ ਤਾਂ ਕਰਕੇ ਐਪਰੋਪ੍ਰੀਏਟ ਹੈ ਠੀਕ ਹੈ ਸੋ ਕਰੈਕਟਰ ਸਕੈਚ ਜਿਹੜੇ ਵੀ ਦੋਨੋਂ ਕਰਵਾਏ ਨੇ ਡੋਨ ਯੂਨ ਦਾ ਤੇ ਨੋਨਾ ਚੁਲੀਆ ਦਾ ਅਲਫਾਂਸੋ ਦਾ ਕਰੈਕਟਰ ਸਕੈਚ ਵੀ ਇੰਪੋਰਟੈਂਟ ਹੈ ਕੋਸ਼ਿਸ਼ ਕਰਾਂਗੇ ਕਿ ਇਹ ਵੀ ਆਪਾਂ ਜਲਦੀ ਕਰ ਲਈਏ ਠੀਕ ਹੈ ਸੋ ਉਹਨੂੰ ਵੀ ਐਡ ਔਨ ਜ਼ਰੂਰ ਕਰ ਲਿਓ ਬਾਕੀ ਜਿਹੜੇ ਛੋਟੇ ਮਾਈਨਰ ਕਰੈਕਟਰ ਹੈ ਇਹਦੇ ਮਦਰ ਦਾ ਕਰੈਕਟਰ ਹੋ ਗਿਆ ਹੈ ਨਾ ਤੇ ਬਾਕੀ ਹਾਦੀ ਦਾ ਕਰੈਕਟਰ ਹੋ ਗਿਆ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਉਹ ਵੀ ਜਿਹੜਾ ਹੈ ਮੈਂ ਕਰਵਾਵਾਂਗੀ ਹਾਦੀ ਦਾ ਕਰੈਕਟਰ ਜ਼ਰੂਰ ਕਰ ਲਿਓ ਤੁਸੀਂ ਇੱਕ ਵਾਰ ਠੀਕ ਹੈ ਸੋ ਹਾਦੀ ਦਾ ਕਰੈਕਟਰ ਵੀ ਇੰਪੋਰਟੈਂਟ ਹੈ ਸੋ ਨਾਲ ਹੀ ਜਿਹੜੇ ਹੈਗੇ ਹੋਰ ਕਰੈਕਟਰ ਵੀ ਮੈਂ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ